ਕਿ ਨਹੀਂ ਉਹ ਤੁਹਾਨੂੰ ਆਈਡੀਆਸ ਦਿੰਦੇ ਨੇ ਮੇਰੇ ਕੰਮ ਤੇ ਅੱਜ ਇੱਕ ਗੋਰੇ ਨੇ ਮੈਨੂੰ ਦੱਸਿਆ ਕੋਈ ਮੈਂ ਨਹੀਂ ਜਾਣ ਕਿ ਉਹ ਕੌਣ ਹੈ ਐਲੈਕਸ ਜੋਨ ਕਰਕੇ ਕਹਿੰਦੇ ਕੋਈ ਪੋਡਕਾਸਟ ਆ ਕਿਸੇ ਦਾ ਕਹਿੰਦੇ ਇਜ਼ ਅ ਵੈਰੀ ਇਨਫੋਰਮਡ ਗਾਏ ਐਟਲੀਸਟ ਉਹਨੇ ਸਾਨੂੰ ਦੱਸਿਆ ਕਹਿੰਦੇ ਤੁਹਾਡੀ ਕਮਿਊਨਿਟੀ ਨੂੰ ਹੈਲਪ ਕਰੂਗਾ ਤੇ ਪੋਡਕਾਸਟ ਸੁਣਿਓ ਤੁਸੀਂ ਮਤਲਬ ਅਸੀਂ ਗੱਲ ਤਾਂ ਕਰੀਏ ਲੋਕੀ ਸਾਡੀ ਮਦਦ ਕਰਨ ਨੂੰ ਤਿਆਰ ਨੇ ਸਾਨੂੰ ਰਾਹ ਦੱਸਣ ਨੂੰ ਤਿਆਰ ਨੇ ਤੇ ਇੱਕ ਮੇਰੇ ਆਫਿਸ ਇੱਕ ਕੁੜੀ ਆਉਂਦੀ ਹੈ ਉਹ ਵੀਅਤਨਾਮ ਦੀ ਹੈ ਉਹ ਕਹਿੰਦੀ ਵੀ ਇੱਕ ਦਿਨ ਮੈਂ ਇੰਨੀ ਸਿੱਕ ਸੀਗੀ ਤੇ ਮੈਂ ਕੁਝ ਕੁੱਕ ਨਹੀਂ ਕਰ ਸਕਦੀ ਸੀਗੀ ਉਹ ਅੱਜ ਕੁੜੀ ਲਿਟਰਲੀ ਉਹਦੀ ਅੱਖਾਂ 'ਚ ਹੰਝੂ ਸੀਗੇ ਆਪਾਂ ਨੂੰ ਵੀ ਪਤਾ ਗੋਰੇ ਤੇ ਆ ਵੀਅਤਨਾਮੀ ਲੋਕੀ ਕਿੰਨੇ ਕੁ ਇਮੋਸ਼ਨਲ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਉਹ ਕੁੜੀ ਕਹਿੰਦੀ ਵੀ ਮੈਂ ਯੂਟਿਊਬ ਤੇ ਸਪੈਸ਼ਲੀ ਦੇਖਦੀ ਹੂੰ ਵੀ ਕਦੋਂ ਤੁਹਾਡਾ ਮੁੰਡਾ ਵੀ ਜਿਹੜਾ ਉਹਨੂੰ ਪਤਾ ਉਹ ਆਰੇਂਜ ਪੱਗ ਕਹਿ ਕੇ ਰਿਪ੍ਰੈਜੈਂਟ ਕਰਦੀ ਹੈ ਵੀਰ ਜੀ ਨੂੰ ਵੀ ਉਹ ਕਦੋਂ ਨਿਕਲੂਗਾ ਉਹਦੇ ਬਾਰੇ ਕੀ ਅਪਡੇਟ ਆ ਉਹ ਕਹਿੰਦੀ ਮੈਂ ਸਿੱਖ ਸੀਗੀ ਤੇ ਮੈਂ ਕੁੱਕ ਨਹੀਂ ਕਰ ਸਕਦੀ ਸੀਗੀ ਮੈਂ ਉਹ ਨਿਊ ਵੈਸਟ 'ਚ ਰਹਿੰਦੀ ਹਾਂ ਤੇ ਕਹਿੰਦੀ ਮੈਂ ਗੁਰੂ ਘਰ ਜਾ ਕੇ ਫੂਡ ਖਾਂਦੀ ਰਹੀ ਹਾਂ ਲੰਗਰ ਛਕਦੀ ਰਹੀ ਤੇ ਮੈਨੂੰ ਪੈਕ ਕਰਕੇ ਵੀ ਦਿੰਦੇ ਸੀਗੇ ਆਹ ਸਾਡੀ ਇਮੇਜ ਹੈ ਜੇ ਅਸੀਂ ਸੋਚੀਏ ਨਾ ਜਿਹੜੇ ਗੱਦਾਰ ਸਾਡੇ 'ਚ ਨੇ ਉਹ ਸਾਨੂੰ ਪਹਿਲੀ ਗੱਲ ਤਾਂ ਜਦੋਂ ਇੱਕ ਹਿੰਦੁਸਤਾਨ 'ਚ ਰਹਿਣ ਵਾਲਾ ਹਿੰਦੂ ਪ੍ਰਾਊਡਲੀ ਕਹਿ ਸਕਦਾ ਹੈ ਵੀ ਮੈਂ ਹਿੰਦੁਸਤਾਨੀ ਹਾਂ ਤੇ ਅਸੀਂ ਖਾਲਸਾ ਕਿਉਂ ਨਹੀਂ ਕਹਿ ਸਕਦੇ ਅਸੀਂ ਖਾਲਿਸਤਾਨੀ ਹਾਂ ਹਿੰਦੁਸਤਾਨੀ ਪ੍ਰਾਊਡਲੀ ਕਹੇ ਹਿੰਦੂ ਕਹੇ ਵੀ ਮੈਂ ਹਿੰਦੁਸਤਾਨੀ ਹਾਂ ਅਸੀਂ ਕਿਉਂ ਨਹੀਂ ਕਹਿ ਸਕਦੇ ਅਸੀਂ ਹੈਗੇ ਹਾਂ ਖਾਲਿਸਤਾਨੀ ਤੇ ਸਾਨੂੰ ਸਾਡੇ ਹੱਕ ਚਾਹੀਦੇ ਨੇ ਅਸੀਂ ਨਹੀਂ ਟਿਕਣਾ ਵੀ ਕੋਈ ਸਾਡੇ ਲਈ ਕੁਛ ਕਰੂਗਾ ਅਸੀਂ ਚਾਹੀਦਾ ਸਾਨੂੰ ਖਾਲਿਸਤਾਨ ਸਾਡੀ ਗੱਲ ਹੀ ਇੱਥੋਂ ਹੀ ਸਟਾਰਟ ਹੁੰਦੀ ਆ ਉਸ ਮਨਿੰਦਰ ਵੀਰ ਜੀ ਨੇ ਕਿਹਾ ਸੀਗਾ ਵੀ ਅਸੀਂ ਹਿਊਮਨ ਰਾਈਟਸ ਨੂੰ ਲੈ ਕੇ ਨਾ ਗੱਲ ਕਰੀਏ ਕਿਉਂਕਿ ਮੈਂ ਵੀ ਇਸ ਗੱਲ ਤੇ ਆ ਗਈ ਸੀਗੀ ਜੇ ਆਪਣੇ ਨਾਲ ਨਹੀਂ ਜੁੜਦੇ ਤਾਂ ਉਹਨਾਂ ਨੂੰ ਅਸੀਂ ਇਹੋ ਜਿਹੀ ਗੱਲਾਂ ਦੀ ਲਾਣਤਾਂ ਪਾ ਕੇ ਨਾਲ ਲਾਈਏ ਵੀ ਐਟਲੀਸਟ ਹਿਊਮਨ ਰਾਈਟਸ ਨਾਲ ਤਾਂ ਖੜੋ ਸਾਡੇ ਉਹਨਾਂ ਨੂੰ ਸੋਚ ਕੇ ਮੱਦੇ ਨਜ਼ਰ ਰੱਖ ਕੇ ਬਟ ਨਹੀਂ ਅਸੀਂ ਆਹ ਦੋਨੋਂ ਪਹਿਲੂ ਨਾਲ ਲੈ ਕੇ ਚੱਲਦੇ ਨੇ ਸਾਨੂੰ ਖਾਲਿਸਤਾਨ ਵੀ ਚਾਹੀਦਾ ਆ ਤੇ ਅਸੀਂ ਹਿਊਮਨ ਰਾਈਟਸ ਦੀ ਗੱਲ ਵੀ ਕਰਾਂਗੇ ਤੇ ਦੂਜੀ ਗੱਲ ਜਿੰਨਾ ਹੋ ਸਕਦਾ ਤੁਸੀਂ ਕਿਸੇ ਨੂੰ ਰੀਚ ਆਊਟ ਕਰ ਸਕਦੇ ਨੇ ਜਿੱਦਾਂ ਪੰਜਾਬੀ ਸਿੰਗਰ ਨੇ ਹੁਣ ਸਾਨੂੰ ਸਾਰਿਆਂ ਨੂੰ ਪਤਾ ਸਾਡੇ ਤੇ ਲੱਖ ਲਾਣਤਾ ਆ ਚਾਹੇ ਕੋਈ ਬੱਬੂ ਮਾਨ ਦਾ ਫੈਨ ਆ ਕਿੱਡਾ ਵੱਡਾ ਚਾਹੇ ਕੋਈ ਕਿਸੇ ਕਰਨ ਔਜਲੇ ਦਾ ਫੈਨ ਆ ਜੇ ਤੁਸੀਂ ਇੱਥੇ ਹੈਗੇ ਹੋ ਤਾਂ ਉਹਨਾਂ ਨੂੰ ਕਹੋ ਕੋਈ ਗਾਣਾ ਰਿਲੀਜ਼ ਕਰੇ ਇਸ ਟਾਈਮ ਵੀ ਯੂਥ ਸੁਣੇ ਉਹਨਾਂ ਨੂੰ ਤੁਹਾਡੀ ਸੁਣਨਗੇ ਉਹ ਕੋਈ ਨਹੀਂ ਸੁਣਦਾ ਇਸ ਟਾਈਮ ਸਾਡੀ ਕੋਈ ਸਾਡਾ ਹੱਕ ਨਹੀਂ ਬਣਦਾ ਨਾ ਤੇ ਗਾਣੇ ਸੁਣਦਾ ਚਾਹੇ ਕੋਈ ਨਾਰਾਜ਼ ਹੋਵੇ ਇਸ ਗੱਲ ਤੋਂ ਲੱਖ ਹੋ ਲਵੇ ਅਸੀਂ ਪਰਵਾਹ ਨਹੀਂ ਕਰਦੇ ਪਰ ਸਾਡੇ ਤੇ ਲੱਖ ਲਾਣਤਾਂ ਨੇ ਜੇ ਆਪਣੀ ਗੱਡੀਆਂ 'ਚ ਅਸੀਂ ਇਹਨਾਂ ਦੇ ਗਾਣੇ ਲਾਉਂਗੇ ਜੇ ਲਾਣਾ ਆ ਜ਼ਫਰਨਾਮਾ ਲਾਓ ਤੁਹਾਨੂੰ ਤਾਕਤ ਦਊਗਾ ਲੱਗੂਗਾ ਵੀ ਤੁਹਾਡੀ ਗੱਡੀ ਵੀ ਉੱਡਦੀ ਜਾਂਦੀ ਹੈ ਜੋ ਤੁਸੀਂ ਜੋਸ਼ ਸੁਣੋਗੇ ਇਹਨੂੰ ਜੁੜਨਾ ਆ ਤਾਂ ਆਪਣੀ ਬਾਣੀ ਨਾਲ ਜੁੜੋ ਆਹ ਬਹੁਤ ਹੋ ਗਿਆ ਹੁਣ ਗਾਣੇ ਸੁਣ ਲਏ ਆਸ਼ਕੀਆਂ ਕਰ ਲਈਆਂ ਵੀਰ ਰਸ ਲਿਖੋ ਸੁਣੋ ਉਹਨੂੰ ਉਹਨੇ ਹੀ ਸਾਨੂੰ ਬਚਾਉਣਾ ਆ ਤੇ ਜਿਹੜੀ ਅੱਜ ਸਾਡੀ ਜਨਰੇਸ਼ਨ ਆ ਅਸੀਂ ਮਾਡਰਨ ਸਿੱਖੀ ਆ ਜਿਹੜੀ ਅਸੀਂ ਮਾਡਰਨ ਸਿੱਖੀ ਬਣਾਈ ਹੋਈ ਆ ਨਾ ਹੁਣ ਖਾਸ ਕਰ ਕੁੜੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੀ ਬਟ ਆ ਮੁੰਡਿਆਂ ਦੀ ਵੀ ਰਿਸਪੋਂਸੀਬਿਲਟੀ ਬਣਦੀ ਆ ਜੇ ਤੁਸੀਂ ਕਹਿੰਦੇ ਹੋ ਨਾ ਕੱਲ ਮੈਂ ਇੱਕ ਟਿਕਟੋਕ ਤੇ ਲਾਈਵ ਜੁਆਇਨ ਕੀਤਾ ਸੀਗਾ ਉੱਥੇ ਇੱਕ ਵੀਰ ਕਹਿੰਦਾ ਵੀ ਕੁੜੀ ਨੇ ਮੈਨੂੰ ਜਵਾਬ ਦਿੱਤਾ ਕਹਿ ਕੇ ਵੀ ਤੂੰ ਕੇਸ਼ ਨਹੀਂ ਰੱਖਣੇ ਉਹ ਕੁੜੀ ਦੇਖਦੇ ਸੀਗੇ ਕਹਿੰਦੀ ਵੀ ਜੇ ਤੂੰ ਕੇਸ਼ ਰੱਖੇ ਤਾਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਤੁਸੀਂ ਸਾਰੇ ਸਿੰਘ ਸਜੋ ਇਹਨਾਂ ਨੂੰ ਜਾਣ ਦੋ ਜਿੱਧਰ ਜਾਂਦੀਆਂ ਤੁਸੀਂ ਮੌਕਾ ਨਹੀਂ ਦੇਣਾ ਪਹਿਲੀ ਸ਼ੁਰੂਆਤ ਕਰੋ ਆਪਣੇ ਆਪ ਤੋਂ ਨਾ ਮੈਂ ਕੁੜੀਆਂ ਨੂੰ ਟਾਰਗੇਟ ਕਰਦੀ ਹਾਂ ਨਾ ਮੁੰਡਿਆਂ ਨੂੰ ਤੁਸੀਂ ਉਹਨਾਂ ਨੂੰ ਦੋ ਹੀ ਨਾ ਮੌਕਾ ਪਾਲਣ ਦਾ ਸਿੰਘ ਸਜੋ ਤੁਸੀਂ ਫਿਰ ਦੇਖਦੇ ਆ ਕਿੱਧਰ ਨੂੰ ਭਾਜਣਾ ਪੈਂਦੀਆਂ ਕਿਸੇ ਨੂੰ ਬਲੇਮ ਨਾ ਕਰੋ ਚਾਹੇ ਕੋਈ ਕੁੜੀ ਆ ਚਾਹੇ ਮੁੰਡਾ ਤੁਸੀਂ ਆਪਣੀ ਗੁਰਸਿੱਖੀ ਜਾਓ ਮੇਰਾ ਖੁਦ ਦਾ ਲਾਈਫ ਸਟਾਈਲ ਬਹੁਤ ਮਾਡਰਨ ਹੈ ਚਾਹੇ ਤੁਸੀਂ ਕੋਈ ਮੈਨੂੰ ਗੱਲ ਕਰਨ ਤੋਂ ਬਾਅਦ ਮੈਨੂੰ ਮਿਲ ਕੇ ਦੇਖੇ ਮੈਂ ਸਿਰਫ ਇੰਸਪਾਇਰ ਕਰਨੂੰ ਦੱਸਦੀ ਹੂੰ ਜਦੋਂ ਤੁਸੀਂ ਗਾਤਰਾ ਪਾਉਂਦੇ ਹੋ ਅੰਮ੍ਰਿਤ ਛਕਦੇ ਹੋ ਜੋ ਤੁਹਾਡੇ 'ਚ ਜੋਸ਼ ਆਉਂਦਾ ਆ ਨਾ ਤੁਹਾਨੂੰ ਕਿਸੇ ਗਾਣੇ ਨੇ ਦੇਣਾ ਆ ਜੋ ਤੁਹਾਨੂੰ ਪਾਣੀ ਨੇ ਦੇਣਾ ਆ ਲਾਸਟ ਮੈਂ ਆਹੀ ਗੱਲ ਕਹੂੰਗੀ ਗੁਰਸਿੱਖ ਬਣੋ ਬਾਣੀਆਂ ਦਾ ਪਾਠ ਪੜ੍ਹੋ ਜਿੰਨਾ ਪੜ੍ਹ ਸਕਦੇ ਹੋ ਬਾਣੀ ਨੇ ਹੀ ਸਾਨੂੰ ਬਚਾਉਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ So, I'd like to once again thank everyone for coming out tonight.
In the words of Deep God, a PhD candidate who studies the criminalization of space and state violence, Palestine is being criminalized at this moment. The assertion of the right to self-determination is being criminalized. The desire to live in Guru's hukam is denied and criminalized. Sikh refusal to engage in shoddy electoral politics is criminalized. And Sikh's willingness to fight for Khalsa Raj by any means necessary is being criminalized. The main takeaway from tonight, the message that needs to go home with you, is that India is not afraid of Amritpal Singh as an individual. They are afraid of his ability to organize and awaken the Panth, which has been done in the past. He has put his neck on the line to continue the work of our Shaheeds and carry it unapologetically forward. The awakening of the Panth reinstates the threat that Sikhs are to those that want to oppress us. Sikhi is a threat to the state. So the best thing you can do is connect with your roots and make that threat stronger. Apologies for whoever wanted to speak was not able to. We will now be doing Jopi Sahib before we end the event for today.